ਕੋਰੇ ਦੇ ਕਾਰਨ ਆਏ ਦਿਨ ਹੋ ਰਹੇ ਹਾਦਸਿਆਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਬਰਨਾਲਾ ਵਿੱਚ ਘਣੇ ਕੋਹਰੇ ਦੇ ਕਾਰਨ ਹੋਈ ਇੱਕ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਲੁਧਿਆਣਾ ਬਰਨਾਲਾ ਮਾਰਗ 'ਤੇ ਸੜਕੀ ਹਾਦਸਾ ਉਸ ਵੇਲੇ ਹੋਇਆ ਜਦ ਕੈਂਟਰ ਰਾਏਕੋਟ ਤੋਂ ਬਰਨਾਲਾ ਆ ਰਿਹਾ ਸੀ। ਇੱਕ ਕੈਂਟਰ ਸਵਾਰ ਵਿਅਕਤੀ ਜਦ ਕੋਹਰੇ ਦੇ ਕਾਰਨ ਪਿੰਡ ਵਸਦੀਕੇ ਨਜ਼ਦੀਕ ਸੜਕ ਤੋਂ ਸਾਈਡ 'ਤੇ ਆਪਣਾ ਕੈਂਟਰ ਰੋਕ ਕੇ ਕੈਂਟਰ ਦੇ ਸ਼ੀਸ਼ੇ ਸਾਫ਼ ਕਰਨ ਤੋਂ ਬਾਅਦ ਸੜਕ 'ਤੇ ਖੜ੍ਹਾ ਤਾਂ ਉਸਦੇ ਪਿੱਛੇ ਦੀ ਤੇਜ਼ ਰਫ਼ਤਾਰ ਆਈ ਬੱਸ ਨੇ ਉਕਤ ਚਾਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਅਸੀਂ ਸਾਈਡ 'ਤੇ ਗੱਡੀ ਲਾਈ ਖੜ੍ਹੇ ਸੀਗੇ ਅਤੇ ਸ਼ੀਸ਼ਾ ਸਾਫ਼ ਕਰਕੇ ਹਟੇ ਸੀਗੇ। ਉਹ ਮੁੰਡਾ ਥੱਲੇ ਖੜ੍ਹਾ ਸੀਗਾ, ਪਿੱਛੋਂ PRTC ਦੀ ਗੱਡੀ ਬਹੁਤ ਜ਼ਿਆਦਾ ਤੇਜ਼ ਆਈ ਆ, ਵੀ ਇੰਨਾ ਜ਼ਿਆਦਾ ਜ਼ੋਰ ਨਾਲ ਵੱਜੀ ਵੀ ਸਾਨੂੰ ਵੀ ਕੁਝ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਾ। ਵੀ ਬਹੁਤ ਜ਼ਿਆਦਾ ਤੇਜ਼ ਸੀਗੀ ਗੱਡੀ, ਉਹਨੇ ਕੁਛ ਨਹੀਂ ਦੇਖਿਆ ਮੂਹਰੇ ਵੀ ਗੱਡੀ ਖੜ੍ਹੀ ਹੈ ਜਾਂ ਕੁਛ ਵੀ, ਕੱਚੇ ਗੱਡੀ ਲਾਹੀ ਹੋਈ ਸੀ, ਨਾਲ ਦੇ ਮੁੰਡੇ ਦੀ ਮੌਤ ਹੋ ਗਈ। ਵੀ ਮੇਰੇ ਵੀ ਸੱਟਾਂ ਨੇ ਸਿਰ 'ਚ ਅਤੇ ਹੱਕ 'ਚ ਹੈ। ਅੱਜ ਧੁੰਦ ਦੇ ਕਾਰਨ ਇੱਕ ਗੱਡੀ ਕੈਂਟਰ ਰਾਏਕੋਟ ਵੱਲੋਂ ਬਰਨਾਲੇ ਨੂੰ ਆ ਰਿਹਾ ਸੀ, ਰਸਤੇ ਵਿੱਚ ਉਹ ਆਪਣੇ ਤੋਂ ਸ਼ੀਸ਼ੇ ਸਾਫ਼ ਕਰਨ ਲੱਗਿਆ ਇੱਕ ਸਾਈਡ 'ਤੇ ਲਗਾ ਕੇ, ਅਤੇ ਪਿੱਛੋਂ ਇੱਕ ਬੱਸ ਆ ਰਹੀ ਸੀ PRTC ਬਠਿੰਡਾ ਡਿਪੂ, ਜਿਹਨੇ ਆ ਕੇ ਉਹਦੇ ਪਿਛਲੇ ਪਾਸੇ ਵੱਜੀ ਅਤੇ ਨਾਲ ਉਹਦੇ ਇੱਕ ਵਿਅਕਤੀ ਸੁਰਜੀਤ ਸਿੰਘ ਨਾਂ ਦਾ ਖੜ੍ਹਾ ਸੀ, ਜਿਹਦੇ ਵਿੱਚ ਉਹ ਕੈਂਟਰ ਵੱਜਿਆ, ਕੈਂਟਰ ਪਿੱਛੋਂ ਬੱਸ ਵੱਜ ਕੇ ਕੈਂਟਰ ਵੱਜ ਕੇ ਅੱਗੇ ਖਤਾਨਾ ਜਾ ਡਿੱਗਿਆ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।